ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ టుడే ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ਤਰਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਮਹੱਤਵਪੂਰਨ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਨੇ ਆ ਛੋਣਵੀਆਂ ਖਬਰਾਂ ਤੇ ਪਹਿਲੀ ਛੋਣਵੀਂ ਖਬਰ ਹੈ ਕਿ ਯੂਕੇ ਤੋਂ ਪਰਤੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ ਪੰਜਾਬ ਸਰਕਾਰ ਨੇ ਦਿੱਤੀ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਖਿਲਾਫ ਕੇਸ ਚਲਾਉਣ ਦੀ ਇਜਾਜ਼ਤ ਦੇਖੋ ਪੂਰਾ ਮਾਮਲਾ ਵੱਡੀ ਖਬਰ 15 ਸਾਲ ਤੋਂ ਨਹੀਂ ਕੀਤੀ ਕੰਸਟਰਕਸ਼ਨ ਦਾ ਪਲਾਟ ਹੋ ਸਕਦਾ ਹੈ ਜਬ ਤੱਕ ਕੇਂਦਰੀ ਰੱਖਿਆ ਮੰਤਰੀ ਨੇ ਡੇਰਾ ਵਿਆਸ ਮੁਖੀ ਨਾਲ ਕੀਤੀ ਮੁਲਾਕਾਤ ਮਾਨ ਸਰਕਾਰ ਨੇ ਲੋਕਾਂ ਦੇ ਹੱਕ ਚ ਲਿਆ ਇੱਕ ਹੋਰ ਵੱਡਾ ਫੈਸਲਾ ਉੱਤਰੀ ਭਾਰਤ ਚ ਤੇਜ਼ੀ ਨਾਲ ਡਿੱਗੇਗਾ ਪਾਰ ਇਨ ਸੂਬੇ ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਵੱਡੀ ਖਬਰ ਵੰਟੀਯੋਗੀ ਨਾਂ ਦੇ ਸੈਨਾ ਲੀਡਰ ਨੇ ਅਮਰਿਤਪਾਲ ਨੂੰ ਗੋਲੀਆਂ ਮਾਰਨ ਦੀ ਦਿੱਤੀ ਧਮਕੀ ਜੇਲ੍ਹ ਵਿੱਚ ਬੰਦ ਨੌਜੋਸ ਸਿੰਘ ਨੂੰ ਪ੍ਰਿਆ ਕਾਗਰਦੀ ਨੇ ਭੇਜੀ ਚਿੱਠੀ 1 ਦਸੰਬਰ ਤੋਂ ਹੀਰੋ ਦੀਆਂ ਮੋਟਰਸਾਈਕਲਾਂ ਹੁਣ ਜਾ ਰਹੀਆਂ ਨੇ ਮਹਿੰਗੀਆਂ ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੁਣ 45000 ਪੋਸਟਾਂ ਤੇ ਹੋਵੇਗੀ SSC GD ਕਾਸਟੇਬਲ ਦੀ ਪਾਰਟੀ ਜਲਦੀ ਕਰੋ ਹੁਣ ਕੈਨੇਡਾ ਦੇ ਪੀਆਰ ਲੈਣਾ ਹੋਇਆ ਆਸਾਨ 16 ਨਵੇਂ ਪੇਸ਼ੇਵਾਰਾਂ ਨੂੰ ਸਰਕਾਰ ਦੇਵੇਗੀ ਐਕਸਪ੍ਰੈਸ ਐਂਟਰੀ ਪਿੰਡ ਰਾਣੀਆਂ ਵਿੱਚ ਬੀਜ ਫਾਰਮ ਦੇ ਨਾਂ ਤੇ ਬਾਦਲ ਸਰਕਾਰ ਵੱਲੇ ਖਰੀਦੀ ਜ਼ਮੀਨ ਦੀ ਹੋਵੇਗੀ ਜਾਂਚ ਕੁਲਦੀਪ ਸਿੰਘ ਢਾਲੀਵਾਲ ਤਾਂ ਦੋਸਤੋ ਇਸsing ਆਪਣੀ ਇਸ ਵੇਲੇ ਦੀਆਂ ਚੋਣਵੀਂ ਖਬਰਾਂ ਹੁਣ ਗੱਲਬਾਤ ਕਰਦੇ ਜੀ ਨਾ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕਿ ਯੂਕੇ ਤੋਂ ਭਾਰਤੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਮੂਸੇਵਾਲਾ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ ਇਹ ਮਰਹੂਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਯੂਕੇ ਤੋਂ ਭਾਰਤ ਆ ਕੇ ਸਿੱਧੂ ਨੂੰ ਲੈ ਕੇ ਵਾਢਾ ਖੁਲਾਸਾ ਕੀਤਾ ਹੈ। ਉਹਨਾਂ ਕਿਹਾ ਕਿ ਉਸਨੇ ਸਾਡੇ ਕੋਲੋਂ ਇੱਕ ਗੱਲ ਲੁਕੋ ਕੇ ਰੱਖੀ ਸੀ ਕਿ ਉਸ ਨੂੰ ਯੂਕੇ ਦੀ ਪੀਆਰ ਮਿਲੀ ਹੋਈ ਸੀ ਕਿਉਂਕਿ ਉਹ ਸੋਚਦਾ ਸੀ ਕਿ ਜੇ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਉਸ ਨੂੰ ਪਿੰਡ ਨਹੀਂ ਰਹਿਣ ਦੇਵਾਂਗਾ। ਆਪਣਾ ਪਿੰਡ ਸਿੱਧੂ ਦੀ ਕਮਜ਼ੋਰੀ ਸੀ ਤੇ ਉਹ ਚਾਹੁੰਦਾ ਸੀ ਕਿ ਜਿੱਥੇ ਮੈਂ ਜਾਵਾਂ ਮੇਰਾ ਪਿੰਡ ਤੇ ਖੇਤ ਨਾਲ ਜਾਵੇ ਇਸ ਗੱਲ ਕਰਨ ਉਸਨੇ ਆਪਣੇ ਪਿਵਿੱਖ ਵੀ ਦਾਤੇ ਲਾ ਦਿੱਤਾ। ਸਿੱਧੂ ਦੇ ਪ੍ਰਸ਼ਾਸਕਾਂ ਨੂੰ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਕਿ ਮੂਸੇਵਾਲਾ ਦੇ ਕਤਲ ਲਈ ਯੂਕੇ ਦੀ ਸਰਕਾਰ ਵੀ ਇਨਸਾਫ ਦੀ ਮੰਗ ਕਰ ਰਹੀ ਹੈ ਕਿਉਂਕਿ ਸਿੱਧੂ ਯੂਕੇ ਦੀ ਪੀਆਰਸੀ ਯੂਕੇ ਦਾ ਪੀਆਰਸੀ ਅਤੇ ਉੱਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਗਾਇਕੀ ਦੇ ਤੌਰ ਤੇ ਵਸਿਆ ਹੋਇਆ ਸੀ ਪਰ ਸਾਡੀ ਸਰਕਾਰ ਨੂੰ ਇਸ ਦਾ ਕੋਈ ਫਿਕਰ ਨਹੀਂ ਹੈ ਐਤਵਾਰ ਨੂੰ ਆਪਣੇ ਨਿਵਾਸਤਾਂ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਬਰਨਾ ਬੁਆਏ ਨੇ ਅਗਲੇ ਗੀਤ ਵਿੱਚ ਸਿੱਧੂ ਦੀ ਫੋਟੋ ਦਿਖਾਉਣ ਲਈ ਉਹਨਾਂ ਤੋਂ ਆਗਿਆ ਮੰਗੀ ਗਈ ਪਰ ਸਾਡੇ ਇਧਰ ਦੇ ਲੋਕਾਂ ਨੇ ਉਸ ਨੂੰ ਬਿਨਾਂ ਕਿਸੂਰੋਂ ਕਤਲ ਕਰ ਦਿੱਤਾ ਉਹਨਾਂ ਕਿਹਾ ਕਿ ਲਾਇਸੈਂਸ ਹੀ ਹਥਿਆਰ ਕਾਦੇ ਵੀ ਅਪਰਾਧ ਨਹੀਂ ਕਰਦੇ ਇੱਕ ਪਾਸੇ ਸਰਕਾਰ ਹਥਿਆਰਾਂ ਸਮੇਤ ਫੋਟੋਆਂ ਖਿੱਚਵਾਉਣ ਵਾਲਾ ਤੇ ਪਰਚੇ ਦਰਜ ਕਰਿਆ ਦੂਜੇ ਪਾਸੇ ਲੋਕਾਂ ਨੂੰ ਮਾਰਨ ਵਾਲੇ ਗੈਂਗਸਟਰਾਂ ਕੋਲ ਪਹਿਲੇ ਦਰਜੇ ਤੇ ਵदेशी ਹਥਿਆਰ ਨੇ ਪੰਜਾਬ ਸਰਕਾਰ ਨੇ ਦਿੱਤੀ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਖਿਲਾਫ ਕੇਸ ਚਲਾਉਣ ਦੀ ਇਜਾਜ਼ਤ ਸੂਬਾ ਸਰਕਾਰ ਨੇ ਪੰਜਾਬ ਵਿਜੀਲੈਂਸ ਨੂੰ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਦੇ ਖਿਲਾਫ ਕੇਸ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਵਿਜੀਲੈਂਸ ਨੇ ਲੁਧਿਆਣਾ ਵਿੱਚ ਅਨਾਜ ਦੀ ਧਵਾਈ ਘਟਾਲੇ ਚ 16 ਅਗਸ ਨੂੰ ਮਾਮਲਾ ਦਰਜ ਕੀਤਾ ਸੀ ਇਸ ਕੇਸ ਵਿੱਚ ਉਹਨਾਂ ਨੂੰ ਮੋਲਜਮ ਬਣਾਇਆ ਗਿਆ ਹੈ ਤੇ ਨਿਜਮਾ ਤਹਿਤ ਸਾਬਕਾ ਮੰਤਰੀ ਹੋਣ ਕਾਰਨ ਆਸ਼ੂ ਖਿਲਾਫ ਅਦਾਲਤ ਵਿੱਚ ਟਰਾਇਲ ਚਲਾਉਣ ਤੋਂ ਪਹਿਲਾਂ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਜਾਣੀ ਜ਼ਰੂਰੀ ਹੈ ਇਸ ਸਬੰਧੀ ਮਾਨ ਸਰਕਾਰ ਨੇ ਸਟੇਟ ਵਿਜੀਲੈਂਸ ਨੂੰ ਸਾਬਕਾ ਮੰਤਰੀ ਖਿਲਾਫ ਭ੍ਰਿਸ਼ਟਾਚਾਰ ਨਿਪਟਾਰਾ ਐਕਟ ਦੀ ਧਾਰਾ 19 ਤਹਿਤ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਵਿਜੀਲੈਂਸ ਰੇਂਜ ਦਫ਼ਤਰ ਵਿੱਚ ਲੁਧਿਆਣਾ ਦੀਆਂ ਅਨਾਜ ਮੰਡੀਆਂ ਵਿੱਚ ਅਨਾਜ ਦੀ ਟੋਆ ਟੋਆਈ ਦੇ ਟੈਂਡਰ ਵਿੱਚ ਗਵਰਨ ਦੀ ਸ਼ਿਕਾਇਤ ਨਵਾਂ ਸ਼ਹਿਰ ਦੇ ਠੇਕੇਦਾਰ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਸੀ ਜਾਂਚ ਤੋਂ ਬਾਅਦ ਵਿਜੀਲੈਂਸ ਨੇ 16 ਅਗਸਤ ਨੂੰ ਅਰਨਾਜ ਦੀ ਢੋਆ ઠવાਈ ਦਾ ਠੇਕਾ ਲੈਣ ਵਾਲੇ ਠੇਕੇਦਾਰ ਤੇਲੂ ਰਾਮ ਉਸਦੇ ਦੋ ਸਾਥੀਆਂ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਸੀ ਦੋਸ਼ ਹੈ ਕਿ ਨੀਤੀ ਬਦਲ ਕੇ ਤੇਲੂ ਰਾਮ ਨੂੰ ਠੇਕਾ ਦਿੱਤਾ ਗਿਆ ਸੀ ਇਸ ਘੁਟਾਲੇ ਦਾ ਪੈਸਾ ਬੇਨਾਮੀ ਜਾਇਦਾਦ ਵਿੱਚ ਲਗਾਇਆ ਗਿਆ ਹੈ ਵਿਜੀਲੈਂਸ ਨੇ ਫਿਰ ਸਾਹਕਾ ਕੈਬਨਟ ਮੰਤਰੀ 파ਰਤ ਪੋਸ਼ਣ ਆਸ਼ੂ ਦਾ ਨਾਮ ਲਿਆ ਤੇ ਗ੍ਰਿਫਤਾਰ ਕੀਤਾ ਉਵੱਡੀ ਖਬਰ 15 ਸਾਲ ਤੋਂ ਨਹੀਂ ਕੀਤੀ ਕੰਸਟਰਕਸ਼ਨ ਦਾ ਪਲਾਟ ਹੋ ਸਕਦਾ ਹੈ ਜਬ ਤੱਕ ਪਲਾਟ ਖਰੀਦਣ ਤੋਂ ਬਾਅਦ ਉਸ ਤੇ ਕੰਸਟਰਕਸ਼ਨ ਨਾ ਕਰਨ ਵਾਲਿਆਂ ਖਿਲਾਫ ਇੰਪਰੂਵਮੈਂਟ ਟਰਸਟ ਅਵੱਡਾ ਐਕਚੁਅਲ ਲੰ ਜਾ ਰਿਹਾ ਹੈ ਸੈਂਕੜੇ ਅਲਾਟੀ ਇਹੋ ਜਿਹੇ ਹਨ ਜਿਨ੍ਹਾਂ ਨੇ ਪਲਾਟ ਤਾਂ ਖਰੀਦ ਲਏ ਪਰ ਕੰਸਟਰਕਸ਼ਨ ਨਹੀਂ ਕੀਤੀ ਪਲਾਟ ਖਰੀਦ ਕੇ ਕੰਸਟਰਕਸ਼ਨ ਨਾ ਕਰਨ ਵਾਲਿਆਂ ਤੇ ਜੁਰਮਾਨੇ ਵੀ ਲਗਾਏ ਜਾਂਦੇ ਨੇ ਪਰ ਇਹਨਾਂ ਨੇ ਜੁਰਮਾਨੇ ਵੀ ਨਹੀਂ ਦਿੱਤੇ ਹੁਣ ਇੰਪਰੂਵਮੈਂਟ ਟਰਸਟ ਉਹਨਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਿਹਾ ਹੈ 15 ਸਾਲ ਪਹਿਲਾਂ ਪਲਾਟ ਖਰੀਦਣ ਤੋਂ ਬਾਅਦ ਹੁਣ ਤੱਕ ਕੰਸਟਰਕਸ਼ਨ ਨਾ ਕਰਨ ਵਾਲਿਆਂ ਨੂੰ ਨੋਟਿਸ ਭੇਜੇ ਜਾਣਗੇ ਉਹਨਾਂ ਨੂੰ ਜੁਰਮਾਨਾ ਭਰਨ ਜਾਂ ਕੰਸਟਰਕਸ਼ਨ ਕਰਨ ਲਈ ਕਿਹਾ ਜਾਵੇਗਾ ਜੇ ਫਿਰ ਵੀ ਕਿਸੇ ਨੇ ਦੋਹਾਂ ਵਿੱਚੋਂ ਇੱਕ ਵੀ ਕੰਮ ਨਾ ਕੀਤਾ ਤਾਂ ਪਲਾਟ ਜ਼ਬਤ ਕਰ ਲਿਆ ਜਾਵੇਗਾ ਕੇਂਦਰੀ ਰੱਖਿਆ ਮੰਤਰੀ ਨੇ ਡੇਰਾ ਬਿਆਸਮੁਖੀ ਨਾਲ ਕੀਤੀ ਮੁਲਾਕਾਤ ਪੰਜਾਬ ਦੇ ਪ੍ਰਸਿੱਧ ਅਤੇ ਮਾਝੇ ਦੇ ਸਭ ਤੋਂ ਵੱਡੇ ਡੇਰੇ ਵਜੋਂ ਜਾਣੇ ਜਾਂਦੇ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਵਿਖੇ ਅਕਸਰ ਵੱਡੇ ਸਿਆਸੀ ਆਗੂਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਜਿਸ ਤੇ ਤਾਂ ਕੱਲ ਐਤਵਾਰ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਤੇ ਦੱਸਦੀ ਹੈ ਕਿ ਅਕਸਰ ਸਿਆਸੀ ਆਗੂਆਂ ਵੱਲੋਂ ਡੇਰਾ ਬਿਆਸ ਪੁੱਜ ਕੇ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਦੀਆਂ ਖਬਰਾਂ ਚਰਚਾ ਵਿੱਚ ਰਹਿੰਦੀਆਂ ਨੇ ਇਸ ਦੌਰਾਨ ਹੀ ਸ਼ਨੀਵਾਰ ਨੂੰ ਡੇਰਾ ਰਾਰਾ ਸ੍ਰੀ ਸੁਆਮੀ ਸਤਸੰਗ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕੇਂਦਰੀ ਰੱਖਿਆ ਮੰਤਰੀ ਰਾਜਨ드ranath ਸਿੰਘ ਨਾਲ ਮੁਲਾਕਾਤ ਕੀਤੀ ਗਈ ਜਿਸ ਦੀ ਤਸਵੀਰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝੇ ਕਰਦਾ ਲਿਖਿਆ ਕਿ ਡੇਰਾ ਰਾਰਾ ਸ੍ਰੀ ਸੁਆਮੀ ਬਿਆਸ ਦੇ ਅਧਿਆਤਮਕ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਦਾ સુભાગ પ્રાપ્ત ہوئے ਉਹਨਾਂ ਨੇ ਲਿਖਿਆ ਕਿ ਸਮਾਜ ਦੇ ਸਬੰਧਾਂ ਵਰਗਾਂ ਪ੍ਰਤੀ ਉਹਨਾਂ ਦੀ ਸੇਵਾ ਬੇਹੱਦ ਪ੍ਰੇਰਣਾਦਾਇਕ ਹੈ। ਮਾਨ ਸਰਕਾਰ ਨੇ ਲੋਕਾਂ ਦੇ ਹੱਕ ਵਿੱਚ ਲਿਆ ਇੱਕ ਹੋਰ ਵੱਡਾ ਫੈਸਲਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਦੇ ਹੱਕ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਉਹਨਾਂ ਟਵੀਟ ਕਰਕੇ ਜਾਣਕਾਰੀ ਦਿੰਦੇ ਕਿਹਾ ਕਿ ਇਹ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕ ਬੁਨਿਆਦੀ ਲੋੜਾਂ ਤੋਂ ਵਾਂਝੇ ਨਾ ਰਹਿਣ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੂਰੇ ਪੰਜਾਬ ਵਿੱਚ 17 ਸਬ ਡਿਵੀਜ਼ਨਾਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੀਆਂ ਇਮਾਰਤਾਂ ਬਣਾਈਆਂ ਜਾਣਗੀਆਂ ਕਰੀਬ 80 ਕਰੋੜ ਰੁਪਏ ਖਰਚੇ ਜਾਣਗੇ ਲੋਕਾਂ ਦੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਜਨਤਾ ਦੇ ਨਾਮ ਤੇ ਜਨਤਾ ਦਾ ਪੈਸਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਲੋਕ ਬੁਨਿਆਦੀ ਦੀ ਲੋਣਾ ਪੱਖੋ ਵਾਂਜੇ ਨਾਰਾਇਣ ਸਾਰੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਪੰਜਾਬ ਭਾਰਤ ਚ 17 ਸਬ ਡਿਵੀਜ਼ਨਾਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾਂ ਬਣਨੀਆਂ ਲਗਭਗ 80 ਕਰੋੜ ਖਰਚ ਹੋਣਗੇ ਲੋਕਾਂ ਦੀ ਖੱਜਲ ਖਵਾਰੀ ਖਤਮ ਹੋਵੇਗੀ ਉੱਤਰ ਭਾਰਤ ਵਿੱਚ ਤੇਜ਼ੀ ਨਾਲ ਡੇਗੇਗਾ ਪਾਰਾ ਇਸ ਸੂਬੇ ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਪਹਾੜਾਂ ਤੇ ਹੋ ਰਹੀ ਬਰਫ਼ਬਾਰੀ ਦਾ ਅਸਰ ਉੱਤਰ ਦੇ ਮੈਦਾਨੀ ਇਲਾਕਿਆਂ ਵਿੱਚ ਦਿਖਾਈ ਦੇਣ ਲੱਗ ਪਿਆ ਹੈ ਬਰਫ਼ਬਾਰੀ ਕਣ ਤਾਪਮਨ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਘੱਟੋ ਘੱਟ ਤਾਪਮਨ 8 ਤੋਂ 10 ਡਿਗਰੀ ਸੈਲਸੀਅਸ ਰਹਿ ਸਕਦੇ ਉੱਤੇ ਹੀ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਠੀਤ ਲੇਰ ਵੀ ਚਲਨੀ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੰਡੇਮਾਨ ਨੇੜੇ ਸਮੁੰਦਰ ਵਿੱਚ ਸਰਕਲ ਬਨਿਆ ਹੋਇਆ ਦੱਖਣ ਦੇ ਰਾਜਾਂ ਵਿੱਚ 4 ਤੋਂ 5 ਦਿਨਾਂ ਤੱਕ ਬਾਰਿਸ਼ ਹੋ ਸਕਦੀ ਹੈ ਉੱਥੇ ਹੀ ਉੱਤਰ ਭਾਰਤ ਵਿੱਚ ਠੰਡ ਹੋ ਰਵਾ ਸਕਦੀ ਹੈ ਆਈਐਮਡੀ ਨੇ ਅਗਲੇ 2 ਹਫ਼ਤਿਆਂ ਵਿੱਚ ਤਾਮਿਲਨਾਡੂ ਅਤੇ ਪਾਨੋਚੇਰੀ ਵਿੱਚ ਆਮ ਨਾਲੋਂ ਘੱਟ ਗਮੀ ਪੈਣ ਦੀ ਪੁਖਬਾਣੀ ਕੀਤੀ ਹੈ ਆਈਐਮਡੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮੌਸਮ ਦੇ ਮਾਡਲ ਘੱਟਮੀ ਦੀ ਸੰਭਾਵਨਾ ਦਿਖਾ ਰਹੇ ਨੇ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੱਕ ਵੱਖ-ਵੱਖ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਹਾਲਾਂਕਿ ਮੌਸਮ ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਕਿ ਬੰਗਾਲ ਦੀ ਖਾੜੀ ਵਿੱਚ ਕੋਈ ਵੱਡਾ ਮੌਸਮ ਪ੍ਰਣਾਲੀ ਨਹੀਂ ਹੈ ਇਸ ਕਾਰਨ ਤਾਮਿਲਨਾਡੂ ਵਿੱਚ ਭਾਰੀਮੀ ਪੈਣ ਦੀ ਸੰਭਾਵਨਾ ਹੈ ਪਰ ਵੱਡੀ ਖਬਰ ਬੰਟੀ ਜੋਗੀ ਨਾਂ ਦੇ ਸਿਵ ਸੈਨਾ ਲੀਡਰ ਨੇ ਅਮਰਤਪਾਲ ਨੂੰ ਗੋਲੀਆਂ ਮਾਰਨ ਦੀ ਦਿੱਤੀ ਧਮਕੀ ਸਿਵ ਸੈਨਾ ਦੇ ਮਕੇਰੀਆਂ ਤੋਂ ਬੰਟੀ ਜੋਗੀ ਨਾਂ ਦੇ ਇੱਕ ਆਗੂ ਨੇ ਵੀਡੀਓ ਪਾ ਕੇ ਸ਼ਰ੍ਹਾਮ ਕਿਹਾ ਕਿ ਵਾਰਿਸ ਪੰਜਾਬ ਜੱਥੇਬੰਦੀ ਦੇ ਪ੍ਰਧਾਨ ਅਮਰਤਪਾਲ ਦੇ ਗੋਲੀ ਮੈਂ ਮਾਰਾਂਗਾ ਉਸ ਦੇ ਨਾਲ ਹੀ ਇਹ ਵੀ ਕਿਹਾ ਕਿ ਅਮਰਤਪਾਲ ਜਿੱਥੋਂ ਦੀ ਵੀ ਲੰਗੇਗਾ ਉਸ ਦਾ ਸਾਹਮਣਾ ਮੈਂ ਕਰਾਂਗਾ ਬੰਟੀ ਜੋਗੀ ਨਾਂ ਦੇ ਇਸ ਸਿਵ ਸੈਨਾ ਆਗੂ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਅਮਰਤਪਾਲ ਦੇ ਗੋਲੀ ਨਾ ਮਾਰਾਂ ਸੁਦੇਸ਼ੂਰੀ ਦਾ ਬਦਲਾ ਨਾ ਲਾਵਾਂ ਪਠਾਨਕੋੜ ਤੇ ਮਕੇਰੀਆਂ ਵਿੱਚ ਅਮਰਤਪਾਲ ਦੇ ਪ੍ਰੋਗਰਾਮਾਂ ਦਾ ਵਿਰੋਧ ਨਾ ਕਰਾਂ ਤਾਂ ਮੈਂ Hindu ਨਹੀਂ ਹੋਵਾਂਗਾ ਸਿੰਘ ਸੈਨ ਆਗੂ ਇਸ ਵੀਡੀਓ ਨੂੰ ਮੀਡੀਆ ਨੂੰ ਦਿਖਾਉਂਦਿਆਂ ਨਹਿੰਗ ਜੱਥੇਬੰਦੀ ਦੇ ਕੁਝ ਆਗੂਆਂ ਨੇ ਸਰਕਾਰ ਤੇ ਹੁਸ਼ਿਆਰਪੁਰ ਦੇ SSP ਨੂੰ ਅਪੀਲ ਕੀਤੀ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਇਸ ਅਖੌਤੀ ਆਗੂ ਉਤੇ ਕਾਰਵਾਈ ਕੀਤੀ ਜਾਵੇ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਪ੍ਰਿਆੰਕਾ ਗਾਂਧੀ ਨੇ ਭੇਜੀ ਚਿੱਠੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੋਡ ਰੇਜ਼ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਨੇ ਪਰ ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਿਆੰਕਾ ਗਾਂਧੀ ਨੇ ਸਿੱਧੂ ਨੂੰ ਜੋ ਚਿੱਠੀ ਭੇਜੀ ਉਸ ਵਿੱਚ ਕੀ ਲਿਖਿਆ ਇਹ ਅਜੇ स्पष्ट ਨਹੀਂ ਪਰ সূত্রਾਂ ਦੀ ਮੰਨੀ ਹੈ ਤਾਂ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਦੇਖਿਆ ਜਾਵੇ ਤਾਂ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਕਮਜ਼ੋਰ ਹੁੰਦੀ ਜਾ ਰਹੀ ਹੈ ਕਈ ਸੀਨੀਅਰ ਆਗੂਆਂ ਨੇ ਪਾਰਟੀ ਨੂੰ ਆਲਵੇ ਦਾ ਕਹਿ ਦਿੱਤਾ ਸਿੱਧੂ ਨੂੰ ਹਮੇਸ਼ਾ ਹੀ ਪਾਰਟੀ ਦਾ 스타 ਪ੍ਰਚਾਰਕ ਮੰਨਿਆ ਜਾਂਦਾ ਹੈ ਅਜਿਹੀ ਚ ਹੁਣ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੇ ਉਹਨਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ 1 ਦਸੰਬਰ ਤੋਂ ਹੀਰੋ ਦੀਆਂ ਮੋਟਰਸਾਈਕਲਾਂ ਹੋਣ ਹੀ ਜਾ ਰਹੀਆਂ ਨੇ ਮਹਿੰਗੀਆਂ ਜੀ ਹਾਂ ਦੋਸਤੋ ਜੇਕਰ ਤੁਸੀਂ ਦੋ ਪਹੀਆ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਛੇਤੀ ਖਰੀਦ ਲਓ ਅਗਲੇ ਮਹੀਨੇ ਹੀਰੋ ਕੰਪਨੀ ਦੋਪਹੀਆ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਜਾ ਰਹੀ ਹੈ ਕੰਪਨੀ ਨੇ 1 ਦਸੰਬਰ ਤੋਂ ਆਪੇ ਦੋਪਹੀਆ ਵਾਹਨਾਂ ਦੀ ਕੀਮਤ ਵਿੱਚ 1500 ਰੁਪਏ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ ਇਸ ਕਾਰਨ ਹੀਰੋ ਡੀਲਕਸ ਸਪਲੈਂਡਰ ਅਤੇ ਪੈਸ਼ਨ ਸਮੇਤ ਹੋਰ ਵਾਹਨ ਮਹਿੰਗੇ ਹੋ ਜਾਣਗੇ ਕੀਮਤਾਂ ਵਿੱਚ ਵਾਧਾ ਹੋਣ ਦਾ ਮੁੱਖ ਕਾਰਨ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਦੱਸਿਆ ਜਾ ਰਿਹਾ ਹੈ ਕੰਪਨੀ ਦੇ ਮੁੱਖ ਵਿੱਤ ਅਧਿਕਾਰੀ ਨਿਰੰਝਨ ਗੁਪਤਾ ਨੇ ਕਿਹਾ ਕਿ ਕੱਚੇ ਮਾਲ ਦੀ ਕੀਮਤਾਂ 'ਚ ਵਾਧਾ ਹੋਣ ਕਾਰਨ ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਲਾਜ਼ਮੀ ਹੋ ਗਿਆ ਹੈ। ਸਰਕਾਰੀ ਨੌਕਰੀ ਦੇ ਚਾਹਵਨਾਂ ਲਈ ਖੁਸ਼ਖਬਰੀ ਹੁਣ 45000 ਪੋਸਟਾਂ ਤੇ ਹੋਵੇਗੀ। SSC GD ਕਾਸਟੇਬਲ ਦੀ ਭਰਤੀ ਜਲਦੀ ਕਰੋ ਅਪਲਾਈ। SSC GD 2022 ਦੀ ਤਿਆਰੀ 'ਚ ਜੁਟੇ ਉਮੀਦਵਾਰਾਂ ਲਈ ਵੱਡੀ ਖਬਰ ਪਹਿਲਾਂ ਪੋਸਟਾਂ ਦੀ ਗਿਣਤੀ 24000 ਸੀ ਉਤਤੇ ਹੀ ਇਸ ਤੋਂ ਪਹਿਲਾਂ ਇਹਨਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ हेतु ਪਹਿਲੇ ਪੜਾਅ ਚ ਲਈ ਜਾਣ ਵਾਲੀ ਪ੍ਰੀਖਿਆ ਕੰਪਿਊਟਰ ਬੇਸਡ ਟੈਸਟ CBDT CBT ਦੀ 3 ਘੋਸ਼ਨੀ ਸੀ ਕਮਿਸ਼ਨ ਵੱਲੋਂ 24 ਨਵੰਬਰ 2022 ਨੂੰ ਜਾਰੀ ਸੂਚਨਾ ਮੁਤਾਬਕ SSC GD ਕਾਸਟੇਬਲ ਪ੍ਰੀਖਿਆ CBE 2022 ਦਾ ਪ੍ਰਬੰਧਾ 10 ਜਨਵਰੀ ਤੋਂ 14 ਫਰਵਰੀ 2023 ਤੱਕ ਕੀਤਾ ਜਾਵੇਗਾ ਹਾਲਾਂਕਿ ਕਿਹੜੇ ਉਮੀਦਵਾਰ ਨੂੰ ਕਿਹੜੀ ਪ੍ਰੀਖਿਆ ਮਿਤੀ SSC ਵੱਲੋਂ ਅਲਰਟ ਕੀਤੀ ਜਾਵੇਗੀ ਇਸ ਦੇ ਲਈ ਐਗਜ਼ਾਮ ਸਿਟੀ ਤੇ ਡੇਢ ਦੇ ਸਲਿੱਪ SSC ਅਪਲਾਈ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜਾਰੀ ਕਰੇਗਾ ਇਸ ਤੋਂ ਪਹਿਲਾਂ SSC ਨੇ ਵੱਖ-ਵੱਖ ਬਲਾਂ ਦੇ ਵਿਭਾਗਾਂ ਜਾਨਕਿ BSF, CRPF, ITBP, CISF, SSB, AR, SSF ਅਤੇ NCB ਵਿੱਚ ਕਾਂਸਟੇਬਲਾਂ ਦੀਆਂ 24369 ਪੋਸਟਾਂ ਦੇ ਭਰਤੀ ਲਈ ਨੋਟੀਫਿਕੇਸ਼ਨ 27 ਅਕਤੂਬਰ ਨੂੰ ਜਾਰੀ ਕਰਦੇ ਹੋਏ ਅਪਲਾਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਹੁਣ ਇਹਨਾਂ ਪੋਸਟਾਂ ਨੂੰ ਵਧਾ ਕੇ 45000 ਕਰ ਦਿੱਤਾ ਗਿਆ ਇਸ ਭਾਰਤੀ ਲਈ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਨਿਰਧਾਰਿਤ ਯੋਗਤਾ ਰੱਖਣ ਵਾਲੇ ਚਾਹਵਨ ਉਮੀਦਵਾਰ 30 ਨਵੰਬਰ 2022 ਤੱਕ ਆਪਣਾ ਐਪਲੀਕੇਸ਼ਨ SSC ਦੀ ਅਧਿਕਾਇਤ ਵੈੱਬਸਾਈਟ ssc.nic.in ਤੇ ਲੌਗਇਨ ਐਕਸ਼ਨ ਚ ਸਬਮਿਟ ਕਰ ਸਕਦੇ ਨੇ ਅਪਲਾਈ ਪ੍ਰਕਿਰਿਆ ਦੌਰਾਨ ਉਮੀਦਵਾਰ ਨੂੰ 100 ਰੁਪਏ ਫੀਸ ਵੀ ਭਰਨੀ ਪਵੇਗੀ ਹੁਣ ਕੈਨੇਡਾ ਦੀ ਪੀਆਰ ਲੈਣਾ ਹੋਇਆ ਆਸਾਨ 16 ਨਵੇਂ ਪੇਸ਼ੇਵਾਰਾਂ ਨੂੰ ਸਰਕਾਰ ਦੇਵੇਗੀ ਐਕਸਪ੍ਰੈਸ ਐਂਟਰੀ ਕੈਨੇਡਾ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕੈਨੇਡਾ ਲਈ ਪੀਆ ਨਿਯਮਾਂ ਵਿੱਚ ਬਦਲਾਅ ਕੀਤੇ ਜਾਂਦੇ ਨੇ ਇਸ ਦੇ ਜਰੀਏ ਕਈ ਨਵੇਂ ਪੇਸ਼ੇਵਾਰਾਂ ਨੂੰ ਪੀਆ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਹਾਲ ਹੀ ਵਿੱਚ ਕੈਨੇਡਾ ਸਰਕਾਰ ਨੇ 16 ਨਵੇਂ ਕਿੱਤਿਆਂ ਨੂੰ ਪੀਆਰ ਕੈਟਾਗਰੀ ਦੇ ਲਈ ਮਨਜ਼ੂਰੀ ਦੇ ਦਿੱਤੀ ਇਸ ਦੇ ਵਿੱਚ ਅਧਿਆਪਕ ਟਰੱਕ ਡਰਾਈਵਰ ਹੈਲਥ ਵਰਕਰ ਖੇਤੀਬਾੜੀ ਦਾ ਕੰਮ ਵੀ ਸ਼ਾਮਲ ਹੈ ਪੰਜਾਬ ਵਿੱਚ ਜ਼ਿਆਦਾਤਰ ਲੋਕ ਇਹਨਾਂ ਕੰਮਾਂ ਵਿੱਚ ਮਾਹਰ ਨੇ ਅਸਲ ਵਿੱਚ ਕੈਨੇਡਾ ਸਰਕਾਰ ਦੇ ਨਵੇਂ ਨਿਯਮ ਪੰਜਾਬੀਆਂ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ ਜੇਕਰ ਤੁਸੀਂ ਵੀ ਇਹਨਾਂ ਕਿਸੇ ਨਾਲ ਸੰਬੰਧਿਤ ਹੋ ਤਾਂ ਜਲਦ ਵੀਜ਼ਾ ਅਪਲਾਈ ਕਰੋ ਹੋਰ ਜਾਣਕਾਰੀ ਲਈ ਤੁਸੀਂ 90568 55594 ਤੇ ਸੰਪਰਕ ਕਰ ਸਕਦੇ ਹੋ ਪਿੰਡ ਰਾਣੀਆਂ ਵਿੱਚ ਬੀਜ ਫਾਰਮ ਦੇ ਨਾਂ ਤੇ ਬਾਦਲ ਸਰਕਾਰ ਵੱਲੋਂ ਖਰੀਦੀ ਜ਼ਮੀਨ ਦੀ ਹੋਵੇਗੀ ਜਾਂਚ ਕੁਲਦੀਪ ਸਿੰਘ ਢਾਲੀਵਾਲ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੇਵ ਸਿੰਘ ਢਾਲੀਵਾਲ ਨੇ ਕੱਲ੍ਹ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦ ਉੱਤੇ ਸਥਿਤ ਪਿੰਡ ਰਾਣੀਆਂ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਖਰੀਦੀ 700 ਏਕੜ ਜ਼ਮੀਨ ਦਾ ਦੌਰਾ ਕਰਨ ਮਗਰੋਂ ਕਿਹਾ ਕਿ ਸਾਲ 2008 ਵਿੱਚ 32 ਕਰੋੜ ਰੁਪਏ ਦੀ ਲਾਗਤ ਨਾਲ ਬੀਜ ਫਾਰਮੂਲੇ ਸਰਕਾਰ ਵੱਲੋਂ ਖਰੀਦੀ ਗਈ ਇਸ ਜ਼ਮੀਨ ਦੀ ਜਾਂਚ ਕਰਵਾਈ ਜਾਵੇਗੀ ਤਾਲੀਵਾਲੇ ਕਿਹਾ ਕਿ ਬਾਦਲ ਸਰਕਾਰ ਸਮੇਂ ਜਦੋਂ ਸੁਚਾ ਸੰਗ ਲੰਗਾ ਖੇਤੀਬਾੜੀ ਮੰਤਰੀ ਅਤੇ ਕਹਣ ਸਿੰਘ ਪੰਨੂ ਅਮਰਸਾਦੇ ਡੈਪਟੀ ਕਮਿਸ਼ਨਰ ਸਾਹਿਬ ਦੇ ਵੇਲੇ ਇਹ ਜ਼ਮੀਨ ਬਹੁਤ ਮਹਿੰਗੇ ਮੁੱਲ ਖਰੀਦੀ ਗਈ ਉਹਨਾਂ ਕਿਹਾ ਕਿ ਇਹ ਜ਼ਮੀਨ ਰਾਵੀ ਦਰਿਆ ਦੇ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਵੀ ਪਾਰ ਹੈ ਤੇ ਸਰਕਾਰ ਨੇ ਸਾਲ 8 ਵਿੱਚ 3.5 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਖਰੀਦੀ ਉਹਨਾਂ ਕਿਹਾ ਕਿ ਬੀਐਸਐਫ ਦੀ ਆਗਿਆ ਤੋਂ ਬਿਨਾਂ ਇਸ ਜ਼ਮੀਨ ਵਿੱਚ ਦਾਖਲ ਤੱਕ ਨਹੀਂ ਹੋਇਆ ਜਾ ਸਕਦਾ ਤੇ ਉਸ ਵੇਲੇ ਕੈਸਕੀਉਂ ਤਹ ਤਾ ਇਹ ਜ਼ਮੀਨ ਖਰੀਦੀ ਗਈ ਦੀ ਜਾਂਚ ਕਰਵਾਈ ਜਾਵੇਗੀ ਤਾਂ ਦੋਸਤੋ ਇਸ ਸੀ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਜੇ ਸਾਰੇ ਦੌਰਾਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਜਾਣਕਾਰੀ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰ ਲੈਣ ਤੇ ਦੋਸਤੋ ਅਸੀਂ ਮਿਲਦੇ ਹਾਂ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ